ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਆਏ ਫਰੀਦਕੋਟ ਦੀ ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਨੂੰ ਰਾਖੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦਿੰਦਿਆਂ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਅੰਦਰ ਹੀ ਡੈਰੀ ਦੇ ਵਿੱਚ ਇੱਕ ਕਾਰਜਕ੍ਰਮ ਦਾ ਆਯੋਜਨ ਕੀਤਾ ਜਿਸ ਦੇ ਤਹਿਤ ਭੈਣਾਂ ਆਪਣੇ ਭਰਾਵਾਂ ਦੇ ਨੂੰ ਰੱਖੜੀ ਦਾ ਤਿਉਹਾਰ ਮਨਾਉਣ ਆਈਆਂ। ਇਸ ਮੌਕੇ 'ਤੇ ਜੇਲ੍ਹ 'ਚ ਵੱਡੀ ਗਿਣਤੀ 'ਚ ਭੈਣਾਂ ਨੇ ਆਪਣੇ ਭਾਈਆਂ ਦੀ ਕਲਾਈਆਂ ਅਤੇ ਰੱਖੜੀ ਬੰਨ੍ਹੀ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਜੇਲ੍ਹ 'ਚ ਬੰਦ ਕੈਦੀ ਆਪਣੇ ਪਰਿਵਾਰ ਦੇ ਨਾਲ ਖਾਲੀ ਸਮਾਂ ਬਿਤਾ ਸਕੇ, ਇਸ ਦੇ ਨਾਲ ਹੀ ਵਿਵਸਥਾ ਕੀਤੀ ਗਈ ਸੀ। ਇਸ ਮੌਕੇ 'ਤੇ ਜੇਲ੍ਹ 'ਚ ਆਪਣੇ ਭਾਈਆਂ ਲਈ ਰਾਖੀ ਬਣਾਉਣ ਆਈ ਭੈਣਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਦਿਲ ਦੀਆਂ ਗਹਿਰਾਈਆਂ ਚੋਂ ਭਰਦਾ ਬਰਨਾਲਾ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਕਸਬਿਆਂ ਤੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਜੋ ਰੱਖੜੀ ਦਾ ਅਸੀਂ ਤਿਉਹਾਰ ਮਨਾ ਰਹੇ ਹਾਂ, ਰੱਖੜੀ ਦੇ ਦਿਨ ਚੱਲ ਰਹੇ ਹਾਂ। ਬਹੁਤ ਦੂਰ ਦੂਰ ਤੋਂ ਤੁਸੀਂ ਇੱਥੇ ਪਹੁੰਚੇ ਹੋ, ਮੌਸਮ ਵੀ ਕੋਈ ਪਤਾ ਨਹੀਂ ਕਦੋਂ ਕਰਕਟ ਲੈ ਲਏ, ਮੌਸਮ ਦੀ ਖਰਾਬੀ ਦੇ ਬਾਵਜੂਦ ਬੜੀ ਭਾਰੀ ਗਿਣਤੀ ਵਿੱਚ ਮਾਵਾਂ ਭੈਣਾਂ ਸਰਕਾਰੀ ਬਜ਼ੁਰਗ ਨੌਜਵਾਨ ਵੀ ਛੋਟੇ ਬੱਚੇ ਮੈਨੂੰ ਨਜ਼ਰ ਆ ਰਹੇ ਉਹ ਪਹੁੰਚੇ ਨੇ। ਮੰਚ ਦੇ ਉੱਤੇ ਮੇਰੇ ਕੈਬਨਿਟ ਦੇ ਸਾਥੀ ਤੇ ਇੱਕ ਬਹੁਤ ਕਾਬਲ ਡਾਕਟਰ ਅੱਖਾਂ ਦੇ, ਜਿਨ੍ਹਾਂ ਨੇ ਹਜ਼ਾਰਾਂ ਆਪਰੇਸ਼ਨ ਗਰੀਬਾਂ ਦੇ ਅੱਖਾਂ ਦੇ ਮੁਫ਼ਤ ਕੀਤੇ, ਰੋਸ਼ਨੀ ਕੀਤੀ ਉਹਨਾਂ ਨੂੰ, ਡਾਕਟਰ ਰਣਜੀਤ ਕੌਰ ਜੀ ਜਿਹੜੇ ਕਿ ਇਸ਼ਟੇਸ਼ ਦੇ ਬਾਲ ਵਿਕਾਸ ਡਿਪਾਰਟਮੈਂਟ ਦੇ ਮਨਿਸਟਰ ਨੇ, ਔਰ ਮੇਰੇ ਕੈਬਨਿਟ ਦੇ ਸਾਬਕਾ ਸਾਥੀ ਔਰ ਮੌਜੂਦਾ ਐਮ ਪੀ ਸੰਗਰੂਰ, ਜਿਹੜੀ ਸੀਟ 2014 'ਚ ਤੁਸੀਂ ਪਾਰਲੀਮੈਂਟ ਦੇ ਵਿੱਚ ਪੱਕੀ ਕੀਤੀ ਸੀ, ਉਹ ਸੀਟ ਦੇ ਉੱਤੇ ਜਾ ਕੇ ਬਹਿੰਦੇ ਨੇ। ਮੇਰਾ ਛੋਟਾ ਭਰਾ ਸਪੋਰਟਸ ਮਿਨਿਸਟਰ ਵੀ ਰਿਹਾ ਔਰ ਬਹੁਤ ਐਨਰਜੈਟਿਕ ਆਈਡੀਆ ਯੂਥ ਲਈ ਕਰ ਸਕਦੇ, ਇੰਨੀ ਦੇਰ ਨੇ ਸਾਡੇ ਸਾਂਝ ਰੱਖੜੀ ਧਾਗੇ ਦੀ ਬਣੀ ਹੋਈ ਹੈ।
ਕੁੜੀਆਂ ਡੀਸੀ ਲੱਗੀਆਂ ਨੇ ਪੰਜਾਬ
ਪ੍ਰਾਈਵੇਟ ਸਿੱਖ ਅਕੈਡਮੀ 'ਚ ਪੜ੍ਹਾਉਣੀ ਆ।
ਮੈਂ ਬਹੁਤ ਖੁਸ਼ ਕਿਸਮਤ ਹਾਂ ਜੀ ਕਿ ਮੈਂ ਅੱਜ ਆਪਣੇ ਲਾਗੇ ਜਾ ਕੇ ਦੀਆਂ